ਸਿਗਲ ਦੀ ਸਾਰਿਆਂ ਨੂੰ ਮੈਂ ਤੁਹਾਡਾ ਆਪਣਾ ਯੋਗੇਸ਼ ਤੇ ਵੈਲਕਮ ਬੈਕ ਟੂ ਸਾਰਕਾਸਟਿਕ ਡੂਡਸ ਤੇ ਗਾਈਸ ਅੱਜ ਦੀ ਵੀਡੀਓ ਜਿਹੜੀ ਹੋਏਗੀ ਉਹ ਰਹੇਗੀ ਜੀ ਟੈਕਸਿਸ ਇਨ ਕੈਨੇਡਾ ਜੋ ਕਿ ਸਭ ਤੋਂ ਕਰੂਸ਼ੀਅਲ ਪਾਰਟ ਮੰਨਿਆ ਜਾਂਦਾ ਹੈ ਕਿਉਂਕਿ ਸਾਡੀ ਅੱਧੀ ਤੋਂ ਵੱਧ ਇਨਕਮ ਜਿਹੜੀ ਹੈਗੀ ਹੈ ਉਹ ਟੈਕਸਿਸ ਦੇ ਵਿੱਚ ਜਾਂਦੀ ਹੈ ਤੇ ਸਾਨੂੰ ਪਤਾ ਹੋਣਾ ਚਾਹੀਦਾ ਕਿ ਸਾਡੇ ਟੈਕਸ ਕਿਸ ਤਰੀਕੇ ਨਾਲ ਜਾ ਰਹੇ ਨੇ ਕਿੱਥੇ ਕਿੱਥੇ ਸਾਡੇ ਕਿੰਨੇ ਕਿੰਨੇ ਪੈਸੇ ਕੱਟੇ ਜਾ ਰਹੇ ਨੇ ਠੀਕ ਹੈ ਜੀ ਤੇ ਅਸੀਂ ਅੱਜ ਉਸੇ ਬਾਰੇ ਗੱਲ ਕਰਾਂਗੇ ਤੇ ਇਸ ਵੀਡੀਓ ਦਾ ਸਭ ਤੋਂ ਪਹਿਲਾਂ ਤੁਸੀਂ ਓਵਰਵਿਊ ਚੈੱਕ ਕਰ ਲਓ ਦੇਖ ਲਓ ਅੱਜ ਆਪਾਂ ਕਿਸ ਚੀਜ਼ ਕਿਸ ਚੀਜ਼ ਦੇ ਬਾਰੇ ਗੱਲ ਕਰਾਂਗੇ ਤੇ ਓਵਰਵਿਊ ਕੁਛ ਇਸ ਤਰ੍ਹਾਂ ਤੁਸੀਂ ਰੈਡੀ ਹੋ ਚਲੋ ਸਭ ਤੋਂ ਪਹਿਲਾਂ ਆਪਾਂ ਸ਼ੁਰੂ ਕਰਦੇ ਹਾਂ ਜੀ ਟਾਈਪ ਆਫ ਟੈਕਸਿਸ ਕਿ ਟੈਕਸਿਸ ਕਿੰਨੇ ਤਰ੍ਹਾਂ ਦੇ ਹੁੰਦੇ ਨੇ ਸਭ ਤੋਂ ਪਹਿਲਾਂ ਟੈਕਸਿਸ ਨੂੰ ਆਪਾਂ ਦੋ ਪਾਰਟ 'ਚ ਡਿਵਾਈਡ ਕਰਾਂਗੇ ਸਭ ਤੋਂ ਪਹਿਲਾਂ ਹੁੰਦਾ ਜੀ ਫੈਡਰਲ ਅਤੇ ਦੂਸਰਾ ਹੁੰਦਾ ਪ੍ਰੋਵਿੰਸ਼ੀਅਲ ਫੈਡਰਲ ਟੈਕਸ ਜਿੱਦਾਂ ਆਪਾਂ ਜੇ ਇੰਡੀਆ ਦੀ ਐਗਜ਼ਾਮਪਲ ਲਵਾਂਗੇ ਫੈਡਰਲ ਟੈਕਸ ਹੁੰਦਾ ਕੇਂਦਰ ਸਰਕਾਰ ਦਾ ਟੈਕਸ ਜਿਹੜਾ ਕਿ ਸੈਂਟਰਲ ਸਰਕਾਰ ਲੈਂਦੀ ਹੈ ਅਤੇ ਪ੍ਰੋਵਿੰਸ਼ੀਅਲ ਹੁੰਦਾ ਸਟੇਟ ਦਾ ਰਾਜ ਸਰਕਾਰ ਦਾ ਹੁਣ ਆਪਣੇ ਕੁਐਸਚਨ ਆਉਂਦਾ ਰਹਿੰਦਾ ਮਨ ਦੇ ਵਿੱਚ ਕਿ ਕਿਉਂ ਫੈਡਰਲ ਅਤੇ ਪ੍ਰੋਵਿੰਸ਼ੀਅਲ ਦੋ ਅਲੱਗ ਅਲੱਗ ਟੈਕਸਿਸ ਕਿਉਂ ਕਿਉਂ ਨਹੀਂ ਇੱਕ ਟੈਕਸਿਸ ਕਿਉਂ ਨਹੀਂ ਕੱਟਦੀ ਸਰਕਾਰ ਸੋ ਇਹਦਾ ਬਹੁਤ ਹੀ ਈਜ਼ੀ ਆਂਸਰ ਇਹ ਹੈ ਕਿ ਹਰ ਇੱਕ ਲੈਵਲ ਦੇ ਉੱਤੇ ਡਿਫਰੈਂਟ ਡਿਫਰੈਂਟ ਜਿਹੜੇ ਹੁੰਦੇ ਇਹਨਾਂ ਦੇ ਰਿਸਪੋਂਸੀਬਿਲਿਟੀਜ਼ ਹੁੰਦੀਆਂ ਨੇ ਸਰਕਾਰਾਂ ਦੀਆਂ ਸੋ ਇਸ ਕਰਕੇ ਉਹ ਡਿਫਰੈਂਟ ਡਿਫਰੈਂਟ ਵੇ ਦੇ ਨਾਲ ਆਪਣਾ ਟੈਕਸਿਸ ਡਿਵਾਈਡ ਕਰ ਲੈਂਦੀਆਂ ਨੇ ਜਿਵੇਂ ਕਿ ਆਪਾਂ ਐਗਜ਼ਾਮਪਲ ਲਵਾਂਗੇ ਹੈਲਥ ਕੇਅਰ ਜਿਵੇਂ ਕਿ ਓਨਟਾਰੀਓ ਹੈਲਥ ਕੇਅਰ ਇੰਸ਼ੋਰੈਂਸ ਪਲੈਨ ਜਿਹੜਾ ਹੈਗਾ ਆ ਇਹ ਪ੍ਰੋਵਿੰਸ ਦੇ ਅੰਡਰ ਆਉਂਦਾ ਇਹ ਮਤਲਬ ਕਿ ਸਟੇਟ ਦੇ ਅੰਡਰ ਆਉਂਦਾ ਅਤੇ ਦੂਜੇ ਪਾਸੇ ਜੇ ਆਪਾਂ ਗੱਲ ਕਰੀਏ ਨੈਸ਼ਨਲ ਸਿਕਿਉਰਿਟੀ ਜਿਹੜੀ ਹੁੰਦੀ ਹੈ ਉਹ ਆਉਂਦੀ ਫੈਡਰਲ ਦੇ ਅੰਡਰ ਇਸ ਕਰਕੇ ਉਹ ਹੀ ਕਰਦੇ ਉਹ ਪਹਿਲਾਂ ਹੀ ਡਿਵਾਈਡ ਕਰ ਲੈਂਦੇ ਤਾਂ ਜੋ ਉਹਨਾਂ ਨੂੰ ਈਜ਼ੀ ਰਹੇ ਪੇ ਕਰਨ ਰਾਈਟ ਠੀਕ ਹੈ ਜੀ ਸੋ ਹੁਣ ਜੇ ਆਪਾਂ ਟੈਕਸ ਘਟਾਉਣਾ ਤਾਂ ਸੋਰਸਿਸ ਕਿੱਥੋਂ ਹੋਣੇ ਚਾਹੀਦੇ ਇਨਕਮ ਦੇ ਅਤੇ ਇਸ ਵੀਡੀਓ ਦੇ ਵਿੱਚ ਆਪਾਂ ਸੋਰਸਿਸ ਦੀ ਗੱਲ ਕਰਦੇ ਹਾਂ ਜੀ ਚਾਰ ਤਰ੍ਹਾਂ ਦੇ ਸੋਰਸ ਮੰਨੇ ਜਾਂਦੇ ਨੇ ਪਹਿਲਾ ਸੋਰਸ ਹੈ ਜੀ ਬਿਜ਼ਨਸ ਦੂਜਾ ਸੋਰਸ ਹੈਗਾ ਜੀ ਪ੍ਰੋਪਰਟੀ ਤੀਜਾ ਸੋਰਸ ਹੈਗਾ ਜੀ ਇੰਪਲੋਇਮੈਂਟ ਅਤੇ ਚੌਥਾ ਸੋਰਸ ਹੈਗਾ ਜੀ ਕੈਪੀਟਲ ਗੇਨ ਠੀਕ ਹੈ ਜੀ ਅਤੇ ਇਹ ਚਾਰ ਸੋਰਸਿਸ ਨੇ ਜਿਨ੍ਹਾਂ ਦੇ ਥਰੂ ਸਾਨੂੰ ਇਨਕਮ ਆਉਂਦੀ ਹੈ ਅਤੇ ਆਪਾਂ ਟੈਕਸ ਪੇ ਕਰਦੇ ਹਾਂ ਠੀਕ ਹੈ ਜੀ ਸਭ ਤੋਂ ਜਿਹੜੀ ਇੰਪੋਰਟੈਂਟ ਚੀਜ਼ ਹੈਗੀ ਹੈ ਹੈਗਾ ਟੈਕਸ ਬਰੈਕਟ ਹੁਣ ਤੁਸੀਂ ਸੋਚਦੇ ਹੋ ਟੈਕਸ ਬਰੈਕਟ ਕੀ ਹੁੰਦਾ ਸੋ ਗਾਇਸ ਅਸੀਂ ਹੈਗੇ ਹਾਂ ਨਾ ਜੀ ਅਸੀਂ ਦੱਸਾਂਗੇ ਸੋ ਟੈਕਸ ਬਰੈਕਟ ਹੁੰਦਾ ਕਿ ਗੌਰਮੈਂਟ ਨੇ ਇੱਕ ਪਰਟੀਕੁਲਰ ਅਮਾਊਂਟ ਜਿੰਨੀ ਤੁਸੀਂ ਕਮਾਉਂਦੇ ਹੋ ਉਹਨਾਂ ਦੇ ਪਰਟੀਕੁਲਰ ਸਲੈਬਸ ਬਣਾਏ ਨੇ ਜੇ ਤੁਸੀਂ ਇਨਕਮ ਕਮਾ ਰਹੇ ਹੋ 50,000 ਤੱਕ ਜਾਂ 50 ਤੋਂ 1,00,000 ਤੱਕ ਇਹਨਾਂ ਦੇ ਡਿਫਰੈਂਟ ਡਿਫਰੈਂਟ ਸਲੈਬਸ ਹੁੰਦੀਆਂ ਨੇ ਅਤੇ ਸਲੈਬਸ ਦੇ ਹਿਸਾਬ ਨਾਲ ਉਹਨਾਂ ਨੇ ਕੀ ਕੀਤਾ ਹੈ ਟੈਕਸ ਡਿਵਾਈਡ ਕੀਤਾ ਸੋ ਜੇ ਆਪਾਂ ਗੱਲ ਕਰੀਏ ਫੈਡਰਲ ਦੀ ਫੈਡਰਲ ਟੈਕਸ ਜਿਹੜਾ ਹੁੰਦਾ ਥਰੂ ਆਊਟ ਕੈਨੇਡਾ ਸੇਮ ਹੁੰਦਾ ਹੈ ਠੀਕ ਹੈ ਜੀ ਅਤੇ ਫੈਡਰਲ ਸਰਕਾਰ ਦੀ ਜਿਹੜੀ ਬਰੈਕਟ ਹੈਗੀ ਆ ਉਹ ਤੁਹਾਨੂੰ ਇੱਥੇ ਲੱਭੇਗੀ ਠੀਕ ਹੈ ਜੀ ਜਿਹਦੇ ਵਿੱਚ ਕਿ ਜੇ ਤੁਸੀਂ 0 ਤੋਂ ਲੈ ਕੇ 49,020 ਇੰਨੇ ਡਾਲਰ ਕਮਾਉਂਦੇ ਹੋ ਤਾਂ ਤੁਹਾਨੂੰ ਟੈਕਸ ਪੇ ਕਰਨਾ ਪਏਗਾ 15% ਪਰ ਜੇ ਤੁਸੀਂ 49 ਤੋਂ ਵੱਧ ਕੇ ਲੈ ਕੇ 98,040 ਜੇ ਤੁਸੀਂ ਇਨ ਕਰਦੇ ਹੋ ਇੱਕ ਸਾਲ ਦਾ ਤੁਹਾਨੂੰ ਉਹਦਾ ਟੈਕਸ ਕਰਨਾ ਪਏਗਾ 20.5% ਜੇ ਉਹ ਤੋਂ ਵੱਧ ਹੋਏਗਾ ਉਸ ਸਾਨੂੰ ਸਲੈਬਸ ਡਿਵਾਈਡ ਕੀਤੀਆਂ ਹੋਈਆਂ ਨੇ ਇਸੇ ਤਰੀਕੇ ਨਾਲ ਪ੍ਰੋਵਿੰਸ ਨੇ ਵੀ ਆਪਣੀਆਂ ਅਲੱਗ ਅਲੱਗ ਸਲੈਬਸ ਬਣਾਈਆਂ ਨੇ ਮੈਂ ਤੁਹਾਨੂੰ ਮੈਂਸ਼ਨ ਕਰ ਦੇਵਾਂਗਾ ਜਿਹੜਾ ਕਿ ਤੁਹਾਨੂੰ ਇੱਥੇ ਦੇਖਣਗੇ ਤੁਸੀਂ ਆਪੇ ਪੜ੍ਹ ਲਿਓ ਠੀਕ ਹੈ ਗਾਈਸ ਅਤੇ ਤੁਹਾਨੂੰ ਥੋੜ੍ਹਾ ਜਿਹਾ ਈਜ਼ੀ ਕਰਨ ਦੇ ਲਈ ਮੈਂ ਤੁਹਾਨੂੰ ਇੱਕ ਐਗਜ਼ਾਮਪਲ ਵੀ ਨਾਲ ਦੇਣਾ ਚਾਹਾਂਗਾ ਕਿ ਤੁਹਾਨੂੰ ਥੋੜ੍ਹਾ ਈਜ਼ੀ ਹੋ ਜਾਏ ਕਿ ਕਿਸ ਤਰੀਕੇ ਨਾਲ ਟੈਕਸ ਨੂੰ ਕੈਲਕੂਲੇਟ ਕੀਤਾ ਜਾਂਦਾ ਇਹਦੇ 'ਚ ਮੈਂ ਤੁਹਾਨੂੰ ਫੈਡਰਲ ਟੈਕਸ ਦਾ ਐਗਜ਼ਾਮਪਲ ਦੇਵਾਂਗਾ ਅਤੇ ਇੱਕ ਕੋਈ ਵੀ ਇੱਕ ਪ੍ਰੋਵਿੰਸ ਜਿਵੇਂ ਕਿ ਮੈਂ ਓਨਟਾਰੀਓ ਦੀ ਪ੍ਰੋਵਿੰਸ ਜਿਹੜੀ ਹੈਗੀ ਹੈ ਮੈਂ ਉਹਦਾ ਐਗਜ਼ਾਮਪਲ ਦੇਵਾਂਗਾ ਸਭ ਤੋਂ ਪਹਿਲਾਂ ਆਪਾਂ ਫੈਡਰਲ ਦੀ ਗੱਲ ਕਰਦੇ ਹਾਂ ਚਲੋ ਸਪੋਜ਼ ਕਰਦੇ ਹਾਂ ਕਿ ਯੁਵਰਾਜ ਹੈ ਯੁਵਰਾਜ ਜਿਹੜਾ ਹੈਗਾ ਆ ਉਹ 1,00,000 ਪਰ ਐਨਮ ਅਰਨ ਕਰਦਾ ਪਿਆ ਠੀਕ ਹੈ ਜੀ ਅਤੇ ਜੇ 1,00,000 ਪਰ ਐਨਮ ਕਰਦਾ ਪਿਆ ਸਲੈਬਸ ਦੇ ਹਿਸਾਬ ਨਾਲ ਉਹ ਥਰਡ ਸਲੈਬ ਦੇ ਵਿੱਚ ਜਿਹੜਾ ਹੈਗਾ ਥਰਡ ਸਲੈਬ ਦੇ ਵਿੱਚ ਫਾਲ ਕਰਦਾ ਠੀਕ ਹੈ ਹੁਣ ਇਹਦੇ 'ਚ ਕੀ ਹੋਏਗਾ ਕਿ ਸਲੈਬਸ ਜਿਹੜੀਆਂ ਹੋਣਗੀਆਂ ਉਸ ਹਿਸਾਬ ਦੇ ਨਾਲ ਟੈਕਸ ਕੱਟਿਆ ਜਾਏਗਾ ਇਹ ਨਹੀਂ ਹੋਏਗਾ ਕਿ ਜੇ ਥਰਡ ਸਲੈਬ ਦੇ ਵਿੱਚ ਉਹ ਫਾਲ ਕਰਦਾ ਅਤੇ ਉਹਨੂੰ ਉਸ ਮਤਲਬ ਕਿ ਜੇ ਉਹ ਥਰਡ ਸਲੈਬ ਦੇ ਵਿੱਚ ਫਾਲ ਕਰਦਾ ਪਿਆ ਤਾਂ ਉਹਨੂੰ ਜਿਹੜਾ ਹੈਗਾ 26% ਟੈਕਸ ਪੇ ਕਰਨਾ ਪਵੇਗਾ ਨਹੀਂ ਬਲਕਿ ਉਹ ਇਸ ਤਰੀਕੇ ਨਾਲ ਹੋਏਗੀ ਸਮਝ ਲਓ 1,00,000 ਇਨਕਮ ਹੈ ਸਲੈਬ 1 ਦੇ ਹਿਸਾਬ ਨਾਲ ਤਾਂ ਟੈਕਸ ਹੋਏਗਾ 7,353 ਸਲੈਬ 2 ਦੇ ਹਿਸਾਬ ਨਾਲ 9,828 ਅਤੇ ਲਾਸਟ ਸਲੈਬ ਦੇ ਹਿਸਾਬ ਨਾਲ ਹੋਏਗਾ 5,09.6 ਅਤੇ ਟੋਟਲ ਉਹਦੀ ਬਣੇਗੀ 17,691.11 ਜਿਹਦੀ ਐਵਰੇਜ ਰੇਟ ਹੈਗਾ 17.6 ਇਸ ਤਰੀਕੇ ਨਾਲ ਹੁਣ ਆਪਾਂ ਪ੍ਰੋਵਿੰਸ਼ੀਅਲ ਦੀ ਗੱਲ ਕਰਦੇ ਹਾਂ ਪ੍ਰੋਵਿੰਸ ਦੇ ਵਿੱਚ ਕੀ ਹੈਗਾ ਜੇ ਤੁਸੀਂ $1,00,000 ਸਾਲ ਦਾ ਕਮਾ ਰਹੇ ਹੋ ਅਤੇ ਤੁਹਾਨੂੰ ਸੇਮ ਉਸੇ ਤਰੀਕੇ ਦੇ ਨਾਲ ਜਿਹੜੀ ਪਹਿਲੀ ਤੁਹਾਡੀ ਜਿਹੜੀ ਸਲੈਬ ਹੋਏਗੀ ਉਹ ਤਾਂ ਇਨਕਮ ਸੇਮ ਸੀਗੀ ਉਹਦੀ ਸਲੈਬ ਦਾ ਪਹਿਲਾ ਬਣੂਗਾ 2,279.67 ਦੂਜੀ ਦਾ ਜੇ ਤੁਸੀਂ ਦੇਖ ਸਕਦੇ ਹੋ ਤੀਜੀ ਦਾ ਵੀ ਉੱਥੇ ਹੀ ਆ ਸੋ ਉਹਨਾਂ ਦਾ ਟੋਟਲ ਬਣੇਗਾ 7,494 ਅਤੇ ਐਵਰੇਜ ਹੋ ਗਈ 7.5 ਸੋ ਹੁਣ ਟੋਟਲ ਟੈਕਸ ਆਪਾਂ ਕਾਊਂਟ ਕਰਦੇ ਹਾਂ ਫੈਡਰਲ ਪਲੱਸ ਪ੍ਰੋਵਿੰਸ਼ੀਅਲ ਸੋ ਜਦੋਂ ਆਪਾਂ ਦੋਨਾਂ ਨੂੰ ਐਡ ਕੀਤਾ ਬਣ ਗਿਆ 25.185 ਜਿਹਦੀ ਐਵਰੇਜ 25.1 ਆ ਤੁਹਾਨੂੰ ਈਜ਼ੀ ਤੁਹਾਡਾ ਈਜ਼ੀ ਕਰਨ ਦੇ ਲਈ ਤੁਹਾਨੂੰ ਮੈਂ ਇੱਕ ਲਿੰਕ ਜਿਹੜਾ ਹੈਗਾ ਉਹ ਮੈਂ ਥੱਲੇ ਸ਼ੇਅਰ ਕਰੂੰਗਾ ਉਹ ਹੈਗਾ ਡਿਜੀਟਲ ਕੈਲਕੂਲੇਟਰ ਜਿਹਦੇ ਵਿੱਚ ਤੁਸੀਂ ਆਪਣਾ ਸਾਲ ਦੀ ਅਮਾਊਂਟ ਪਾਓਗੇ ਅਤੇ ਅਲੱਗ ਅਲੱਗ ਪ੍ਰੋਵਿੰਸ ਦੇ ਹਿਸਾਬ ਨਾਲ ਉਹ ਤੁਹਾਨੂੰ ਤੁਹਾਡਾ ਟੈਕਸ
ਜਿਹੜਾ ਹੈਗਾ ਕੈਲਕੂਲੇਟ ਕਰਕੇ ਦੱਸ ਦੇਗਾ। ਠੀਕ ਹੈ ਜੀ, ਉਹਦਾ ਤੁਹਾਨੂੰ ਲਿੰਕ ਜਿਹੜਾ ਹੈਗਾ ਡਿਸਕ੍ਰਿਪਸ਼ਨ 'ਚ ਮਿਲ ਜਾਏਗਾ। ਠੀਕ ਹੈ ਗਾਈਸ, ਹੁਣ ਆਪਾਂ ਗੱਲ ਕਰਦੇ ਹਾਂ ਜੀ ਮੋਸਟ ਆਫ ਦੀ ਜਿਹੜੀ ਆਪਣੀ ਕੈਨੇਡਾ ਦੇ ਵਿੱਚ ਮੋਸਟ ਆਫ ਦਾ ਪੀਪਲ ਜਿਹੜੇ ਹੈਗੇ ਨੇ ਉਹ ਉਹਨਾਂ ਦੀ ਜਿਹੜੀ ਇਨਕਮ ਹੁੰਦੀ ਆ ਉਹਦੀ ਫੁੱਲ ਟਾਈਮ ਜੋਬ ਦੇ ਥਰੂ। ਠੀਕ ਹੈ ਜੀ, ਫੁੱਲ ਟਾਈਮ ਜੋਬ ਦੇ ਥਰੂ ਹੁੰਦੀ ਹੈ, ਬਹੁਤ ਹੀ ਘੱਟ ਲੋਕ ਹੋਣਗੇ ਜਿਹਨਾਂ ਦਾ ਆਪਣਾ ਬਿਜ਼ਨਸ ਹੋਏਗਾ। ਹੁਣ ਮੈਂ ਤੁਹਾਨੂੰ ਗੱਲ ਦੱਸਦਾ ਕਿ ਬਿਜ਼ਨਸ 'ਚ ਅਤੇ ਫੁੱਲ ਟਾਈਮ ਜੋਬ 'ਚ ਕੀ ਫਾਇਦਾ। ਫੁੱਲ ਟਾਈਮ ਜੋਬ ਦੇ ਵਿੱਚ ਤੁਹਾਡੀ ਤੁਹਾਨੂੰ ਕੀ ਵਾਪਸ ਆਏਗਾ, ਟੈਕਸ ਜਿਹੜਾ ਹੁੰਦਾ ਥੋੜ੍ਹਾ ਬਹੁਤਾ ਵਾਪਸ ਆਏਗਾ, GST HST ਵਗੈਰਾ ਵਾਪਸ ਆਉਣਗੇ, ਜਾਂ ਥੋੜ੍ਹੇ ਬਹੁਤੇ ਜੇ ਤੁਹਾਡੇ ਕੋਲ ਕ੍ਰੈਡਿਟਸ ਹੋਣਗੇ ਤੁਹਾਨੂੰ ਉਹ ਵਾਪਸ ਆਉਣਗੇ। ਬਟ ਬਿਜ਼ਨਸ ਦਾ ਕੀ ਫਾਇਦਾ ਜੀ ਗਾਈਸ, ਜੇ ਤੁਹਾਡੇ ਕੋਲ ਤੁਹਾਡਾ ਆਪਣਾ ਬਿਜ਼ਨਸ ਹੈ, ਤੁਸੀਂ ਉਹਦੇ ਵਿੱਚ ਐਕਸਪੈਂਸ ਜਿਹੜੇ ਤੁਹਾਡੇ ਵੀ ਜਿੰਨੇ ਵੀ ਐਕਸਪੈਂਸਿਸ ਤੁਹਾਡੇ ਬਿਜ਼ਨਸ ਦੇ ਵਿੱਚ ਆਏ ਨੇ, ਤੁਸੀਂ ਉਹਨੂੰ ਮਤਲਬ ਕਿ ਕਟਵਾ ਸਕਦੇ ਹੋ। ਤੁਹਾਡਾ ਫਿਊਲ ਦਾ ਕੋਸਟ ਜਿਹੜਾ ਹੈਗਾ ਹੈ ਉਹ ਤੁਸੀਂ ਕਟਵਾ ਸਕਦੇ ਹੋ, ਕਾਰ ਇੰਸ਼ੋਰੈਂਸ ਹੋ ਗਈ, ਲੀਗਲ ਫੀਸਿਸ ਜਿਹੜੀਆਂ ਹੋ ਗਈਆਂ, ਤੁਹਾਡਾ ਹੱਕ ਮਤਲਬ ਕਿ ਆਫਿਸ ਦਾ ਰੈਂਟ ਹੈਗਾ ਆ, ਉਹ ਸਾਰੇ ਦੇ ਸਾਰੇ ਤੁਸੀਂ ਕਟਵਾ ਸਕਦੇ ਹੋ। ਉਹਦੇ ਨਾਲ ਕੀ ਹੋਗਾ, ਤੁਹਾਡਾ ਜਿਹੜਾ ਟੈਕਸ ਹੋਏਗਾ ਉਹ $0 ਤੱਕ ਵੀ ਜਾ ਸਕਦਾ। ਸੋ ਇਹ ਡਿਪੈਂਡ ਕਰਦਾ ਤੁਹਾਡੇ ਬਿਜ਼ਨਸ ਦੇ ਉੱਤੇ, ਜਾਂ ਤੁਹਾਡੇ ਅਕਾਊਂਟੈਂਟ ਹੈਗਾ ਉਹ ਕਿੰਨੇ ਟੈਕਸ ਕਟਵਾ ਸਕਦਾ। ਸੋ ਬਿਜ਼ਨਸ ਦੇ ਵਿੱਚ ਦੇਖ ਲਓ ਕਿ ਇੰਨਾ ਫਾਇਦਾ ਕਿ ਆਪਾਂ $0 ਤੱਕ ਵੀ ਪੇ ਕਰ ਸਕਦੇ ਹਾਂ, ਨਾ ਕਿੰਨਾ ਜ਼ਿਆਦਾ ਫਾਇਦਾ। ਪਰ ਟੈਕਸ ਜਿਹੜੇ ਫੁੱਲ ਟਾਈਮ ਨੂੰ ਪੈਂਦਾ ਉਹ ਪਹਿਲਾਂ ਕੱਟ ਕੇ ਹੀ ਆਉਂਦਾ, ਸੋ ਇੰਨਾ ਮੈਨੂੰ ਲੱਗਾ ਨਹੀਂ। ਸੋ ਇਸ ਕਰਕੇ ਮੈਂ ਤੁਹਾਨੂੰ ਜ਼ਰੂਰ ਕਹਾਂਗਾ ਕਿ ਸਾਈਡ ਹਸਲ ਵੀ ਜ਼ਰੂਰ ਕਰਿਆ ਕਰੋ, ਫੁੱਲ ਟਾਈਮ ਜੋਬ ਦੇ ਉੱਤੇ ਨਾ ਨਿਰਭਰ ਰਹੋ। ਠੀਕ ਹੈ ਗਾਈਸ, ਅਤੇ ਸੋ ਗਾਈਸ ਹੁਣ ਇੱਕ ਚੀਜ਼ ਹੋਰ ਬੜੀ ਕਰੂਸ਼ਲ ਚੀਜ਼ ਤੁਹਾਨੂੰ ਮੈਂ ਦੱਸਣ ਜਾ ਰਿਹਾ ਜੀ, ਉਹ ਹੁੰਦੀ ਟੈਕਸ ਕ੍ਰੈਡਿਟਸ। ਸੋ ਟੈਕਸ ਕ੍ਰੈਡਿਟ ਮੈਂ ਐਜ਼ ਅ ਐਗਜ਼ਾਮਪਲ ਲੈ ਕੇ ਚੱਲਦਾ ਕਿ ਜਿਵੇਂ ਕਿ ਆਪਾਂ ਮੈਂ ਐਜ਼ ਅ ਸਟੂਡੈਂਟ ਆਇਆ ਸੀਗਾ, ਮੈਂ ਆਪਣੇ 4 semester ਜਦੋਂ ਫੀਸ ਪੇ ਕੀਤੀ ਮੈਨੂੰ, ਐਂਡ ਲਾਸਟ ਆਫ ਦਾ ਮੰਥ ਜਦੋਂ ਮੇਰੀ ਸਟੱਡੀ ਬਿਲਕੁਲ ਕੰਪਲੀਟ ਹੋ ਗਈ, ਉਹ ਤੋਂ ਬਾਅਦ ਮੈਨੂੰ ਇੱਕ ਫੋਰਮ ਮਿਲਿਆ ਜੀ, ਉਹਦਾ ਨਾਮ ਹੈਗਾ T2202 ਟੈਕਸ ਟਿਊਸ਼ਨ ਐਂਡ ਇਨਰੋਲਮੈਂਟ ਕੋਰਸਿਸ। ਸੋ ਇਹ ਫੋਰਮ ਜਿਹੜਾ ਹੁੰਦਾ ਹੈ ਜੀ, ਇਹ ਹੁੰਦਾ ਪਰਟੀਕੁਲਰ ਕਿ ਤੁਸੀਂ ਜਿੰਨੀ ਫੀਸ ਪੇ ਕੀਤੀ ਹੈ ਉਹਦੇ ਤੁਹਾਨੂੰ ਕ੍ਰੈਡਿਟ ਮਿਲਦੇ ਨੇ, ਜਿਹੜੇ ਤੁਸੀਂ ਆਪਣੇ ਟੈਕਸ ਦੇ ਅਗੇਂਸਟ ਯੂਜ਼ ਕਰ ਸਕਦੇ ਹੋ, ਤਾਂ ਜੋ ਤੁਹਾਡਾ ਟੈਕਸ ਜਿਹੜਾ ਹੈਗਾ ਘੱਟ ਜਾਵੇ। ਠੀਕ ਹੈ ਜੀ, ਅਤੇ ਇਹ ਤੋਂ ਇਲਾਵਾ ਜਿਹੜੇ ਟੈਕਸ ਡਿਡਕਸ਼ਨਸ ਹੁੰਦੀਆਂ ਨੇ ਇਹ ਸਾਨੂੰ ਹੋਰ ਵੀ ਕਈ ਚੀਜ਼ਾਂ 'ਚੋਂ ਮਿਲ ਜਾਂਦੀਆਂ, ਟਿਊਸ਼ਨ ਫੀਸ ਹੋ ਗਿਆ ਐਗਜ਼ਾਮਪਲ, ਜਾਂ ਤੋਂ ਇਲਾਵਾ ਡੋਨੇਸ਼ਨ ਜੇ ਆਪਾਂ ਕਰਦੇ ਹਾਂ, ਉਹ ਤੋਂ ਇਲਾਵਾ ਮੈਡੀਕਲ ਐਕਸਪੈਂਸਿਸ ਜਿਹੜੇ ਸਾਡੇ ਆਪਾਂ ਮੈਡੀਕਲ ਦੇ ਉੱਤੇ ਜਿਹੜੇ ਦਿੱਤੇ ਆ ਉਹਦੇ ਵਿੱਚੋਂ ਸਾਡੇ ਕੱਟੇ ਜਾਂਦੇ ਨੇ, ਸਾਨੂੰ GST HST ਕ੍ਰੈਡਿਟ ਮਿਲਦਾ ਜਿਹਨੂੰ ਆਪਾਂ ਕਹਿੰਦੇ ਵੈਲਕਮ ਕੈਨੇਡਾ। ਜਦੋਂ ਆਪਾਂ ਕੈਨੇਡਾ ਦੇ ਵਿੱਚ ਆਉਂਦੇ ਉਹ ਮੋਸਟਲੀ ਕੀ ਹੁੰਦਾ, ਉਹ ਹੁੰਦਾ ਕਿ ਇਹਦੀ ਐਕਚੁਅਲ ਦੇ ਵਿੱਚ GST HST ਹੁੰਦਾ, ਜਿੰਨੀ ਆਪਾਂ GST ਪੇ ਕੀਤੀ ਹੁੰਦੀ ਉਹ ਸਾਨੂੰ ਵੱਧ ਵਾਪਸ ਮਿਲਦੀ ਹੁੰਦੀ, ਆਪਾਂ ਨੂੰ ਵੈਲਕਮ ਕੈਨੇਡਾ ਦੇ ਨਾਮ ਤੋਂ ਜਾਣਦੇ ਹਾਂ। ਠੀਕ ਹੈ ਜੀ, ਅਤੇ ਜੇ ਆਪਾਂ ਫਸਟ ਟਾਈਮ ਹੋਮ ਬਾਏ ਕਰ ਰਹੇ ਹਾਂ ਸਾਨੂੰ ਉਹਦੇ 'ਤੇ ਵੀ ਕ੍ਰੈਡਿਟ ਡਿਡਕਸ਼ਨ ਹੁੰਦੀ ਹੈ, ਸਾਡੇ ਟੈਕਸ ਹੀ ਸਾਨੂੰ ਉੱਥੇ ਟੈਕਸ ਜਿਹੜਾ ਹੈਗਾ ਵਾਪਸ ਮਿਲਦਾ। ਠੀਕ ਹੈ ਜੀ, ਹੁਣ ਆਹ ਚੀਜ਼ਾਂ ਚਲੋ ਹੋ ਗਈਆਂ ਸਾਈਡ ਦੇ ਉੱਤੇ, ਤੁਹਾਨੂੰ ਮੈਂ ਦੱਸਤਾ ਹੈ ਟੈਕਸ ਕੀ ਹੁੰਦਾ, ਟੈਕਸ ਕਿੰਨੇ ਤਰ੍ਹਾਂ ਦੇ ਹੁੰਦੇ ਨੇ, ਸਾਰਾ ਗੱਲ ਹੋ ਗਈ ਹੈ। ਹੁਣ ਆਪਾਂ ਗੱਲ ਕਰਾਂਗੇ ਕਿ ਟੈਕਸ ਬਚਾਇਆ ਕਿੱਦਾਂ ਜਾ ਸਕਦਾ। ਸੋ ਉਹਦਾ ਸਭ ਤੋਂ ਜ਼ਿਆਦਾ ਪਾਵਰਫੁੱਲ ਜਿਹੜਾ ਤਰੀਕਾ ਉਹ ਹੈਗਾ ਇਨਵੈਸਟਮੈਂਟ। ਸੋ ਇਨਵੈਸਟਮੈਂਟ ਹੁਣ ਆਪਾਂ ਵੀ ਸੋਚਾਂਗੇ ਕਰੀਏ ਕਿਹਦੇ 'ਚ, ਮੈਂ ਤੁਹਾਨੂੰ ਦੋ ਚੀਜ਼ਾਂ ਦੱਸਾਂਗਾ ਜਿਹੜੀਆਂ ਕਿ ਐਜ਼ ਅ ਸਟੂਡੈਂਟ ਆਪਾਂ ਸ਼ੁਰੂਆਤ ਦੇ ਵਿੱਚ ਆਉਂਦੇ ਹੀ ਕਰ ਸਕਦੇ ਹਾਂ। ਸਭ ਤੋਂ ਪਹਿਲਾਂ ਹੈਗੀ ਹੈ ਜੀ TFSA, ਜਿਹਨੂੰ ਆਪਾਂ ਕਹਿੰਦੇ ਹਾਂ ਟੈਕਸ ਫਰੀ ਸੇਵਿੰਗ ਅਕਾਊਂਟਸ। ਠੀਕ ਹੈ ਜੀ, ਦੂਜੇ ਨੰਬਰ 'ਤੇ ਹੈਗੀ ਹੈ ਜੀ RRSP, ਰਜਿਸਟਰਡ ਰਿਟਾਇਰਮੈਂਟ ਸੇਵਿੰਗ ਅਕਾਊਂਟਸ। ਠੀਕ ਹੈ ਜੀ, TFSA ਦਾ ਮਤਲਬ ਹੋ ਗਿਆ ਕਿ ਜਿਹੜਾ ਵੀ ਆਪਾਂ ਅਮਾਊਂਟ ਜਮ੍ਹਾਂ ਕਰਵਾ ਰਹੇ ਹਾਂ ਆਪਣੇ ਇਨਵੈਸਟਮੈਂਟ ਦੇ ਵਿੱਚ, ਉਹ 'ਤੇ ਸਾਨੂੰ ਜਿੰਨੀ ਵੀ ਅਮਾਊਂਟ ਆਪਾਂ ਗੇਨ, ਕੈਪੀਟਲ ਗੇਨ ਜਿੰਨਾ ਵੀ ਕਰ ਰਹੇ ਹਾਂ, ਉੱਥੇ ਸਾਨੂੰ ਟੈਕਸ ਦੇਣ ਦੀ ਜ਼ਰੂਰਤ ਬਿਲਕੁਲ ਨਹੀਂ ਹੁੰਦੀ। ਠੀਕ ਹੈ ਜੀ, ਅਤੇ RRSP ਦਾ ਮਤਲਬ ਹੁੰਦਾ ਕਿ ਜਿਹੜੇ ਆਪਾਂ ਅਮਾਊਂਟ ਜਮ੍ਹਾਂ ਕਰਵਾ ਰਹੇ ਹਾਂ, ਜਿੰਨੀ ਆਪਣੀ ਸੈਲਰੀ ਦੇ ਵਿੱਚ ਆਪਾਂ ਅਮਾਊਂਟ ਉਹਦੇ 'ਚ ਜਮ੍ਹਾਂ ਕਰਾਈ, ਸਾਨੂੰ ਉਹਦੇ 'ਤੇ ਟੈਕਸ ਪੇ ਕਰਨ ਦੀ ਜ਼ਰੂਰਤ ਨਹੀਂ ਹੈ। ਪਰ ਜਦੋਂ ਵੀ ਆਪਾਂ ਆਪਣੇ ਅਕਾਊਂਟ ਦੇ ਵਿੱਚੋਂ ਪੈਸੇ ਵਿਦਡਰੋਅ ਕਰਾਵਾਂਗੇ ਇਨ ਫਿਊਚਰ ਦੇ ਵਿੱਚ, ਸਾਨੂੰ ਉਦੋਂ ਟੈਕਸ ਪੇ ਕਰਨਾ ਪਏਗਾ। ਠੀਕ ਹੈ, ਉਹਦੇ ਵੀ ਕਈ ਤਰੀਕੇ ਹੈਗੇ ਉਹਨਾਂ ਨੂੰ ਬਚਾਉਣ ਦੇ, ਹੈ ਨਾ, ਉਹ ਵੀ ਕਈ ਆ, ਉਹ ਵੀ ਆਪਾਂ ਅਪਕਮਿੰਗ ਵੀਡੀਓਜ਼ ਦੇ ਵਿੱਚ ਮੈਂ ਤੁਹਾਨੂੰ ਡਿਸਕ੍ਰਾਈਬ ਕਰਾਂਗਾ, ਅਤੇ ਤੁਹਾਨੂੰ ਮੈਂ ਵੀ ਦੱਸਾਂਗਾ ਕਿ TFSA ਅਕਾਊਂਟ ਦੇ ਵਿੱਚ ਆਪਾਂ ਕਿੱਦਾਂ ਆਪਾਂ ਪੈਸੇ ਪਵਾ ਸਕਦੇ ਹਾਂ, ਜਾਂ ਕਿਹੜੀ ਐਪਲੀਕੇਸ਼ਨ ਆਪਾਂ ਯੂਜ਼ ਕਰ ਸਕਦੇ ਹਾਂ ਜਿਹਦੇ ਵਿੱਚ ਕਿ ਆਪਾਂ ਆਪਣੇ ਪੈਸੇ ਸੇਵ ਕਰੀਏ, ਆਪਣੇ ਟੈਕਸਿਸ ਨੂੰ ਘਟਾਈਏ। ਠੀਕ ਹੈ ਨਾ ਗਾਈਸ, ਅਤੇ ਆਪਾਂ ਇਹ ਸਾਰੀਆਂ ਚੀਜ਼ਾਂ ਦੇ ਬਾਰੇ ਗੱਲ ਕਰਾਂਗੇ। ਠੀਕ ਹੈ, ਅਤੇ ਹੁਣ ਮੌਕਾ ਆਉਂਦਾ ਜੀ ਸਭ ਤੋਂ ਜ਼ਿਆਦਾ ਜ਼ਰੂਰੀ ਚੀਜ਼ ਦਾ, ਜਿਹੜਾ ਕਿ ਤੁਹਾਨੂੰ ਮੈਂ ਸਰਪ੍ਰਾਈਜ਼ ਕਿਹਾ। ਸਰਪ੍ਰਾਈਜ਼ ਜਿਹੜਾ ਹੈਗਾ ਜੀ, ਉਹ ਤੁਹਾਨੂੰ ਮੈਂ ਗਾਣਾ ਸੁਣਾਵਾਂਗਾ। ਠੀਕ ਹੈ, ਅਤੇ ਨੈਕਸਟ ਟਾਈਮ ਜਦੋਂ ਵੀਡੀਓ ਬਣੇਗੀ ਆਪਾਂ ਤੁਹਾਡੇ ਕੋਲ ਪੁੱਛਾਂਗੇ ਤੁਸੀਂ ਕਿਹੜਾ ਗਾਣਾ ਸੁਣਨਾ, ਫਿਰ ਆਪਾਂ ਦੋ ਸੁਣਾਵਾਂਗੇ। ਸੋ ਅੱਜ ਜਿਹੜਾ ਹੈਗਾ ਮੈਂ ਆਪਣਾ ਫੇਵਰੇਟ ਗਾਣਾ ਸੁਣਾਉਂਦਾ। ਸੋ ਕਹਿੰਦੇ, ਕੋਈ ਰੀਸ ਨਹੀਂ ਠੰਡੀ ਛਾਂ ਦੀ ਜਾਨੀ, ਖੈਰ ਮੰਗੇ ਹਰ ਸਾਹ ਦੀ ਜਾਨੀ, ਰੱਬ ਵੀ ਪੂਰੀ ਕਰਨਾ ਪਾਏ ਕਮੀ ਕਦੇ ਵੀ ਮਾਂ ਦੀ ਜਾਨੀ, ਹਾਂ ਰੁੱਸ ਗਿਆ ਮੇਰਾ ਤੇ ਯਕੀਨ ਤੇਰੇ ਰੱਬ ਤੋਂ, ਰੱਬ ਦਾ ਵਿਦ ਕਦੇ ਤੋੜਨਾ ਏ ਮੈਂ, ਹਾਂ ਅੰਮੀ ਮੇਰੀ
तू दस केड़ा तारा तेनू तोड़ना है मैं, हाय अम्मी मेरी। तू दस केड़ा तारा तेनू तोड़ना है मैं, हो बड़ा चिर होया तेनू अल्लाह कोल रहंदियां, हुण मेरी जिंदगी च मोड़ना है मैं।